ਬਠਿੰਡਾ ਵਿੱਚ ਪਹਿਲੀ ਪਈ ਧੁੰਦ ਨੇ ਸਪੀਡ ਨੂੰ ਬ੍ਰੇਕ ਲਾ ਦਿੱਤੀ ਹੈ ਔਰ ਸੜਕਾਂ ਦੇ ਉੱਪਰ ਵਹੀਕਲ ਨੇ ਜਿਹੜੇ ਉਹ ਬੜੀ ਹੀ ਤੇਜ਼ੀਮੀ ਸਪੀਡ ਦੇ ਨਾਲ ਦੌੜਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰਾਂ ਬਠਿੰਡਾ ਦੇ ਮੁੱਖ ਹਾਈਵੇ ਦੀਆਂ ਦਿਖਾ ਦਿਆਂ ਕਿ ਜਿੱਥੇ ਧੁੰਦ ਦੇ ਨਾਲ ਆਨ ਜਾਣ ਵਾਲੇ ਵਹੀਕਲ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਰਦੀ ਦੀ ਇਹ ਪਹਿਲੀ ਧੁੰਦ ਦੱਸੀ ਜਾ ਰਹੀ ਹੈ ਤਾਂ ਕਰਕੇ ਜਿੱਥੇ ਧੁੰਦ ਵਧ ਰਹੀ ਹੈ ਉੱਥੇ ਸੜਕੀ ਖਾਸਿਆਂ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਹਾਲਾਂਕਿ ਪਹਿਲਾ ਦਿਨ ਹੈ ਪਹਿਲੇ ਦਿਨ ਧੁੰਦ ਹੈ ਜਿਹੜੀ ਉਹ ਸੜਕਾਂ ਦੇ ਉੱਪਰ ਕਾਫੀ ਜਿਆਦਾ ਨਜ਼ਰ ਆ ਰਹੀ ਹੈ ਔਰ ਕਿਤੇ ਨਾ ਕਿਤੇ ਜਾ ਕੇ ਇਸ ਧੁੰਦ ਦੇ ਨਾਲ ਲੋਕ ਨੇ ਜਿਹੜੇ ਉਹ ਵੀ ਪ੍ਰੇਸ਼ਾਨ ਹੋ ਰਹੇ ਨੇ ਖਾਸ ਤੌਰ ਤੇ ਸੜਕਾਂ ਦੇ ਉੱਪਰ ਟੂ ਵੀਲਰ ਹੋਗੇ ਫੋਰ ਵੀਲਰ ਹੋਗੇ ਉਹ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਦੀ ਸਪੀਡ ਹੈ ਉਸ ਤੇ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ ਹਾਲਾਂਕਿ ਧੁੰਦ ਦੇ ਨਾਲ ਪਹਿਲਾ ਦਿਨ ਆਨਲੇ ਦਿਨਾਂ ਦੇ ਵਿੱਚ ਧੁੰਦ ਇਸੇ ਤਰ੍ਹਾਂ ਵਧੀ ਕਿ ਔਰ ਇਸੇ ਤਰ੍ਹਾਂ ਧੁੰਦ ਵਧਦੀ ਹੈ ਤੇ ਜ਼ਾਹਿਰ ਤੌਰ ਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਣਾ ਲਾਜ਼ਮੀ ਹੈ ਪਰ ਇਹ ਬਠਿੰਡਾ ਦੀ ਪਹਿਲੀ ਧੁੰਦ ਹੈ ਤਾਂ ਕਰਕੇ ਲੋਕ ਜਿੱਥੇ ਧੁੰਦੇ ਨਾਲ ਪਰੇਸ਼ਾਨ ਹੋ ਰਹੇ ਨੇ ਲੋਕਾਂ ਦੀ ਸਪੀਡ ਦੇ ਉੱਪਰ ਬ੍ਰੇਕ ਲੱਗੇ ਆ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਜਿੱਥੇ ਮੁਸ਼ਕਲ ਹੋਇਆ ਉੱਥੇ ਹੀ ਇਹਦਾ ਇੱਕ ਫਾਇਦਾ ਵੀ ਨਜ਼ਰ ਆ ਰਿਹਾ ਹੈ ਫਾਇਦਾ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਕਣਕ ਦੀ ਫਸਲ ਹੈ ਖਾਸ ਤੌਰ ਤੇ ਹੋਰ ਵੀ ਫਸਲਾਂ ਨੇ ਉਹ ਕਿਤੇ ਨਾ ਕਿਤੇ ਧੁੰਦ ਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਪਰ ਸ਼ੁਰੂਆਤੀ ਪਹਿਲੇ ਦਿਨ ਦੀ ਜਿਹੜੀ ਧੁੰਦ ਹੈ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਇਸ ਧੁੰਦ ਨੇ ਵਧਾ ਦਿੱਤੀਆਂ ਨੇ ਕਿਉਂਕਿ ਧੁੰਦ ਦੇ ਨਾਲ ਜਿੱਥੇ ਸਪੀਡ ਤੇ ਬ੍ਰੇਕ ਲੱਗਦੇ ਉੱਥੇ ਸੜਕੀ ਖਾਸਿਆਂ ਦੇ ਵਿੱਚ ਵੀ ਇਜ਼ਾਫਾ ਹੁੰਦਾ ਫਿਲਹਾਲ ਪਹਿਲੇ ਦਿਨ ਧੁੰਦ ਹੈ ਜਿਹੜੀ ਉਹ ਬਠਿੰਡਾ ਦੀਆਂ ਸੜਕਾਂ ਤੇ ਨਜ਼ਰ ਆ ਰਹੀ ਹੈ ਵਿਜ਼ਿਬਿਲਟੀ ਹੈ ਜਿਹੜੀ ਉਹ ਕਾਫੀ ਜ਼ਿਆਦਾ ਘਟ ਗਈ ਹੈ ਹਾਈ ਸਪੀਡ ਬਿਲਕੁਲ ਅਲਾਉ ਨਹੀਂ ਕੀਤਾ ਜਾ ਰਿਹਾ ਪ੍ਰੋਜੈਕਟਰ ਨੇ ਲਾਈਟਾਂ ਨੇ ਛੱਡ ਕੇ ਆਣ ਵਾਸਤੇ ਟ੍ਰੈਫਿਕ ਦੇ ਕਰਮਚਾਰੀ ਨੇ ਉਹ ਕਿਤੇ ਨਾ ਕਿਤੇ ਕਹਿ ਰਹੇ ਨੇ ਔਰ ਦੂਸਰੇ ਪਾਸੇ ਜਿਹੜਾ ਸੜਕੀ ਹਾਸੇ ਨੇ ਕਿਤੇ ਨਾ ਕਿਤੇ ਉਹਦੇ ਵਿੱਚ ਇਜ਼ਾਫਾ ਹੋਣ ਦੀ ਮੀਕਤਾਈ ਜਾ ਰਹੀ ਹੈ ਪਰ ਟ੍ਰੈਫਿਕ ਦੇ ਮਾਹਰੀ ਹੀ ਦੱਸਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁੰਦ ਹੈ ਜਿਹੜੀ ਹੋਰ ਵੀ ਵੱਧਦੀ ਆ ਔਰ ਮੌਸਮ ਵਿਗਿਆਨੀ ਵੀ ਇਹੀ ਕਹਿੰਦੇ ਨੇ ਪਰ ਕਿਤੇ ਨਾ ਕਿਤੇ ਸਾਵਧਾਨੀ ਵਰਤਣ ਦੀ ਜ਼ਰੂਰਤ ਆ ਔਰ ਸੜਕ ਤੇ ਬਾਹਰ ਨਿਕਲ ਤੋਂ ਪਹਿਲਾਂ ਹੈਡਲਾਈਟਾਂ ਦਾ ਇੰਤਜ਼ਾਮ ਕਰੋ ਔਰ ਹਾਈ ਕਾਫੀ ਲਾਈਟ ਹੈ ਜਿਹੜੀ ਉਹ ਕਿਤੇ ਨਾ ਕਿਤੇ ਤੁੰਦ ਤੋਂ ਬਚਾ ਸਕਦੀ ਹੈ ਬਠਿੰਡਾ ਤੋਂ ਸੂਰਜਪਾਲ ਨਿਊਜ਼ 18 ਪੰਜਾਬ ਬਠਿੰਡਾ ਵਿੱਚ ਪਹਿਲੀ ਪਈ ਧੁੰਦ ਨੇ ਸਪੀਡ ਨੂੰ ਬ੍ਰੇਕ ਲਾ ਦਿੱਤੀ ਹੈ ਔਰ ਸੜਕਾਂ ਦੇ ਉੱਪਰ ਵਹੀਕਲ ਜਿਹੜੇ ਉਹ ਬੜੀ ਹੀ ਤੇਜ਼ੀਮੀ ਸਪੀਡ ਦੇ ਨਾਲ ਦੌੜਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰਾਂ ਬਠਿੰਡਾ ਦੇ ਮੁੱਖ ਹਾਈਵੇ ਦੀਆਂ ਦਿਖਾ ਦਿਆਂ ਕਿ ਜਿੱਥੇ ਧੁੰਦ ਦੇ ਨਾਲ ਆਨ ਜਾਣ ਵਾਲੇ ਵਹੀਕਲ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਰਦੀ ਦੀ ਇਹ ਪਹਿਲੀ ਧੁੰਦ ਸੀ ਜਾਰੀ ਹੈ ਤਾਂ ਕਰਕੇ ਜਿੱਥੇ ਧੁੰਦ ਵਧ ਰਹੀ ਹੈ ਉੱਥੇ ਸੜਕੀ ਖਾਸਿਆਂ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਹਾਲਾਂਕਿ ਪਹਿਲਾ ਦਿਨ ਹੈ ਪਹਿਲੇ ਦਿਨ ਧੁੰਦ ਹੈ ਜਿਹੜੀ ਉਹ ਸੜਕਾਂ ਦੇ ਉੱਪਰ ਕਾਫੀ ਜਿਆਦਾ ਨਜ਼ਰ ਆ ਰਹੀ ਹੈ ਔਰ ਕਿਤਨੇ ਕਿਤੇ ਜਾ ਕੇ ਇਸ ਧੁੰਦ ਦੇ ਨਾਲ ਲੋਕ ਨੇ ਜਿਹੜੇ ਉਹ ਵੀ ਪ੍ਰੇਸ਼ਾਨ ਹੋ ਰਹੇ ਨੇ ਖਾਸ ਤੌਰ ਤੇ ਸੜਕਾਂ ਦੇ ਉੱਪਰ ਟੂ व्हीਲਰ ਹੋਗੇ ਫੋਰ व्हीਲਰ ਹੋਗੇ ਉਹ ਕਿਤਨੇ ਕਿਤੇ ਜਰੂਰ ਉਹਨਾਂ ਦੀ ਸਪੀਡ ਹੈ ਉਸ ਤੇ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ ਹਾਲਾਂਕਿ ਧੁੰਦ ਦੇ ਨਾਲ ਪਹਿਲਾ ਦਿਨ ਆਨਲੇ ਦਿਨਾਂ ਦੇ ਵਿੱਚ ਧੁੰਦ ਇਸੇ ਤਰ੍ਹਾਂ ਵਧੀ ਕਿ ਔਰ ਇਸੇ ਤਰ੍ਹਾਂ ਧੁੰਦ ਵਧੀ ਹੈ ਤੇ ਜ਼ਾਹਿਰ ਤੌਰ ਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਣਾ ਲਾਜ਼ਮੀ ਹੈ ਪਰ ਇਹ ਬਠਿੰਡਾ ਦੀ ਪਹਿਲੀ ਧੁੰਦ ਹੈ ਤਾਂ ਕਰਕੇ ਲੋਕ ਜਿੱਥੇ ਧੁੰਦੇ ਨਾਲ ਪਰੇਸ਼ਾਨ ਹੋ ਰਹੇ ਨੇ ਲੋਕਾਂ ਦੀ ਸਪੀਡ ਦੇ ਉੱਪਰ ਬ੍ਰੇਕ ਲੱਗੇ ਆ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਜਿੱਥੇ ਮੁਸ਼ਕਲ ਹੋਇਆ ਉੱਥੇ ਹੀ ਇਹਦਾ ਇੱਕ ਫਾਇਦਾ ਵੀ ਨਜ਼ਰ ਆ ਰਿਹਾ ਹੈ ਫਾਇਦਾ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਕਣਕ ਦੀ ਫਸਲ ਹੈ ਖਾਸ ਤੌਰ ਤੇ ਹੋਰ ਵੀ ਫਸਲਾਂ ਨੇ ਉਹ ਕਿਤੇ ਨਾ ਕਿਤੇ ਧੁੰਦ ਦੇ ਨਾਲ ਉਹਨਾਂ ਨੂੰ ਕਾਫੀ ਜਿਆਦਾ ਫਾਇਦਾ ਹੋਣ ਵਾਲਾ ਹੈ ਪਰ ਸ਼ੁਰੂਆਤੀ ਪਹਿਲੇ ਦਿਨ ਦੀ ਜਿਹੜੀ ਧੁੰਦ ਹੈ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਇਸ ਧੁੰਦ ਨੇ ਵਧਾ ਦਿੱਤੀਆਂ ਨੇ ਕਿਉਂਕਿ ਧੁੰਦ ਦੇ ਨਾਲ ਜਿੱਥੇ ਸਪੀਡ ਤੇ ਬ੍ਰੇਕ ਲੱਗਦੇ ਉੱਥੇ ਸੜਕੀ ਹਾਦਸਿਆਂ ਦੇ ਵਿੱਚ ਵੀ ਇਜ਼ਾਫਾ ਹੁੰਦਾ ਹੈ ਫਿਲਹਾਲ ਪਹਿਲੇ ਦਿਨ ਤੋਂ ਹੁੰਦੇ ਜਿਹੜੀ ਉਹ ਬਠਿੰਡਾ ਦੀਆਂ ਸੜਕਾਂ ਤੇ ਨਜ਼ਰ ਆ ਰਹੀ ਹੈ ਵਿਜ਼ਿਬਿਲਟੀ ਹੈ ਜਿਹੜੀ ਉਹ ਕਾਫੀ ਜ਼ਿਆਦਾ ਘਟ ਗਈ ਹੈ ਹਾਈ ਸਪੀਡ ਬਿਲਕੁਲ ਅਲਾਉ ਨਹੀਂ ਕੀਤਾ ਜਾ ਰਿਹਾ ਪ੍ਰੋਜੈਕਟਰ ਨੇ ਲਾਈਟਾਂ ਨੇ ਛੱਡ ਕੇ ਆਣ ਵਾਸਤੇ ਟ੍ਰੈਫਿਕ ਦੇ ਕਰਮਚਾਰੀ ਨੇ ਉਹ ਕਿਤੇ ਨਾ ਕਿਤੇ ਕਹਿ ਰਹੇ ਨੇ ਔਰ ਦੂਸਰੇ ਪਾਸੇ ਜਿਹੜਾ ਸੜਕੀ ਹਾਦਸੇ ਨੇ ਕਿਤੇ ਨਾ ਕਿਤੇ ਉਹਦੇ ਵਿੱਚ ਇਜ਼ਾਫਾ ਹੋਣ ਦੀ ਉਮੀਦਾਈ ਜਾ ਰਹੀ ਹੈ ਪਰ ਟ੍ਰੈਫਿਕ ਦੇ ਮਾਹਰ ਇਹੀ ਦੱਸਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁੰਦ ਹੈ ਜਿਹੜੀ ਹੋਰ ਵੀ ਵੱਧੀ ਆ ਔਰ ਮੌਸਮ ਵਿਗਿਆਨੀ ਵੀ ਇਹੀ ਕਹਿੰਦੇ ਨੇ ਪਰ ਕਿਤੇ ਨਾ ਕਿਤੇ ਸਾਵਧਾਨੀ ਵਰਤਣ ਦੀ ਜ਼ਰੂਰਤ ਆ ਔਰ ਸੜਕ ਤੇ ਬਾਹਰ ਨਿਕਲ ਤੋਂ ਪਹਿਲਾਂ ਹੈਡਲਾਈਟਾਂ ਦਾ ਇੰਤਜ਼ਾਮ ਕਰੋ ਔਰ ਹਾਈ ਕਾਫੀ ਲਾਈਟ ਹੈ ਜਿਹੜੀ ਉਹ ਕਿਤੇ ਨਾ ਕਿਤੇ ਤੁੰਦ ਤੋਂ ਬਚਾ ਸਕਦੀ ਹੈ ਬਟੰਡਾ ਤੋਂ ਸੂਰਜਪਾਨ న్యూਸ 18 ਪੰਜਾਬ